ਤੇ ਵਿਸ਼ਵ ਪੱਧਰ 'ਤੇ ਕੋਰੋਨਾ ਕਾਰਨ ਲੋਕ ਆਪਣੇ ਘਰ ਅੰਦਰ ਬੈਠਣ ਨੂੰ ਮਜਬੂਰ ਨੇ ਅਤੇ ਜ਼ਿਆਦਾਤਰ ਲੋਕ ਡਿਪਰੈਸ਼ਨ ਦਾ ਸ਼ਿਕਾਰ ਹੋ ਰਹੇ ਨੇ ਉੱਥੇ ਹੀ ਇੰਗਲੈਂਡ ਦੇ ਇੱਕ ਫਲਾਈਂਗ ਸਿੱਖ ਨੇ ਕਸਰਤ ਕਰਨ ਤਸੱਕ ਉਡਣ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ 'ਤੇ ਅਪਲੋਡ ਕੀਤੀ ਹੈ ਜਿਸ ਤੋਂ ਅਨੇਕ ਲੋਕ ਪ੍ਰੇਰਿਤ ਵੀ ਹੋਏ ਨੇ ਅਤੇ ਇਸੇ ਤੋਂ ਖੁਸ਼ ਹੋ ਕੇ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਉਸ ਨੂੰ ਪੁਆਇੰਟਸ ਆਫ ਫਲਾਈਟ ਆਨਰ ਨਾਲ ਨਵਾਜ਼ਿਆ ਦੱਸ ਦਈਏ ਕਿ ਇਸ 73 ਸਾਲਾ ਫਲਾਈਂਗ ਸਿੱਖ ਦਾ ਨਾਮ ਰਾਜੇਂਦਰ ਸਿੰਘ ਹੈ ਜੋ ਕਿ ਵੈਸਟ ਲੰਡਨ ਦਾ ਨਿਵਾਸੀ ਹੈ ਜਿਸ ਨੇ ਆਪਣੀ ਕਸਰਤ ਦੀ ਵੀਡੀਓਜ਼ ਪਾ ਕੇ YouTube ਤੇ ਤਕਰੀਬਨ 22 ਲੱਖ ਬੰਦਾ ਆਪਣੇ ਨਾਲ ਜੋੜਿਆ ਤੇ 2000 ਪਾਉਂਡ ਫੰਡ ਚੈਰਿਟੀ ਲਈ ਇਕੱਠਾ ਵੀ ਕਰ ਲਿਆ ਬ੍ਰਿਟਿਸ਼ ਪ੍ਰਧਾਨ ਮੰਤਰੀ ਨੇ ਰਤਿੰਦਰ ਸਿੰਘ ਨੂੰ ਨਿੱਜੀ ਤੌਰ ਤੇ ਪੱਤਰ ਵੀ ਲਿਖਿਆ ਤੇ ਕਿਹਾ ਕਿ ਤੁਹਾਡੀ ਬਣਾਈ ਹੋਈ ਵੀਡੀਓਜ਼ ਨੇ ਹਜ਼ਾਰਾਂ ਲੋਕਾਂ ਨੂੰ ਰੋਜ਼ ਕਸਰਤ ਕਰਨ ਲਈ ਪ੍ਰੇਰਿਤ ਕੀਤਾ ਅਤੇ ਜਿਸ ਤਰ੍ਹਾਂ ਤੁਸੀਂ ਲੋਕਾਂ ਨੂੰ ਜੋੜ ਰਹੇ ਹੋ ਅਤੇ ਜਿਸ ਸਮੇਂ ਗੁਰਦੁਆਰੇ ਬੰਦ ਨੇ ਤੁਸੀਂ ਸਿੱਖ ਭਾਈਚਾਰੇ ਦਾ ਹੌਸਲਾ ਵੀ ਬੁਲੰਦ ਕਰ ਰਹੇ ਹੋ ਉਹ ਵਾਕਈ ਵਧਾਈ ਦੇ ਪਾਤਰ ਹੈ ਮੈਂ ਤੁਹਾਨੂੰ ਨਿੱਜੀ ਤੌਰ ਤੇ ਸ਼ੁਕਰੀਆ ਕਹਿਣਾ ਚਾਹੁੰਦਾ ਜੋ ਤੁਸੀਂ ਐਨ ਐਚ ਐਸ ਲਈ ਫੰਡ ਇਕੱਠਾ ਕਰ ਰਹੇ ਹੋ ਅਤੇ ਸਭ ਨੂੰ ਰੱਸਾ ਕੁੱਦਣ ਲਈ ਪ੍ਰੇਰਿਤ ਕਰ ਰਹੇ ਹੋ ਜ਼ਿਕਰ ਇਹ ਖਾਸ ਹੈ ਕਿ ਇਸੇ ਸੰਬੰਧ ਵਿੱਚ ਰਜਿੰਦਰ ਸਿੰਘ ਨੇ ਕਿਹਾ ਕਿ ਮੈਂ ਇਸ ਹੌਸਲਾ ਨਿਵਾਜ਼ੀ ਦਾ ਦਿਲੋਂ ਧੰਨਵਾਦੀ ਹਾਂ ਅਤੇ ਸਭ ਦੇ ਪਿਆਰ ਅਤੇ ਸਾਥ ਲਈ ਧੰਨਵਾਦ ਦੱਸ ਦਈਏ ਕਿਉਂਕਿ ਲੋਕਡਾਊਨ ਦੇ ਚੱਲਦਿਆਂ ਸਿੱਖ ਭਾਈਚਾਰਾ ਗੁਰਦੁਆਰੇ ਨਹੀਂ ਜਾ ਸਕਦਾ ਅਤੇ ਲੰਗਰ ਵੀ ਨਹੀਂ ਛੱਕ ਸਕਦਾ ਜੋ ਕਿ ਮਨ ਦੀ ਸ਼ਾਂਤੀ ਲਈ ਬਹੁਤ ਜ਼ਰੂਰੀ ਹੈ। ਇਸੇ ਸਮੇਂ ਵਿੱਚ ਫਲਾਈਂਗ ਸਿੱਖ ਉਫਰਾ ਜਿੰਦਰ ਸਿੰਘ ਨੇ ਰੱਸਾ ਕੁੱਦਣ ਦੀਆਂ ਵੀਡੀਓਜ਼ ਬਣਾ ਕੇ ਖੁਦ ਨੂੰ ਤੰਦਰੁਸਤ ਰੱਖਣ ਦਾ ਸੰਦੇਸ਼ ਦਿੱਤਾ ਖਾਸ ਕਰਕੇ ਉਹਨਾਂ ਲੋਕਾਂ ਲਈ ਜੋ ਘਰ ਵਿੱਚ ਇਕੱਲੇ ਰਹਿ ਰਹੇ ਨੇ ਜਾਂ ਸਿਹਤ ਪੱਖੋਂ ਕਿਸੇ ਕਾਰਨ ਤਕਲੀਫ 'ਚ ਨੇ। Keeping it not very hard to learn. Just need a rope, exercise, eat sensible and look after yourself. Report Sikh News Express. ਜੇਕਰ ਤੁਹਾਨੂੰ ਸਾਡਾ ਉਪਰਾਲਾ ਚੰਗਾ ਲੱਗਾ ਤਾਂ ਵੀਡੀਓ ਨੂੰ ਲਾਈਕ ਕਰੋ, ਸ਼ੇਅਰ ਕਰੋ ਅਤੇ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।